ਤਨੁ ਸ੍ਰੀ ਮਹਿਲਾ ਤੀਜਾ ਮਨ ਮਰੇ ਤਾਤ ਮਰ ਜਾਈ ਬਿਨ ਮਨ ਮੁਵੇ ਕੈਸੇ ਹਰ ਪਾਈ ਏ ਮਨ ਮਰੇ दारू ਜਾਣ ਕੋਈ ਮਨ ਸ਼ਬਦ ਮਰੇ ਬੂਝੈ ਜਨ ਸੋਏ ਜਿਸ ਨੂੰ ਬਖਸ਼ੇ ਹਰ ਦੇ ਵਡਿਆਈ ਗੁਰ ਪ੍ਰਸਾਦ ਵਸੈ ਮਨ ਆਈ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਜੀ ਪਾਵੇ ਮਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਾਲਣ ਹਾਰਾ ਮਨ ਅਸਾਧ ਸਾਧੈ ਜਨ ਕੋਈ ਅਚਰ ਚਰੈ ਤਾਂ ਨਿਰਮਲ ਹੋਈ ਗੁਰਮੁਖ ਇਹ ਮਨ ਲਿਆ ਸਵਾਰ ਹਉ ਮੈਂ ਵਿਚੋਂ ਤਜੈ ਵਿਕਾਰ ਜੋ ਧੁਰ ਰਖਿਐ ਮੇਲ ਮਿਲਾਏ ਕਦੇ ਨ ਵਿਛੁੜੈ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮੁਖ ਨਾਮ ਬਚਾਣੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ ਸਤ ਸੰਗਤ ਗੁਰ ਬਾਣੀ ਨੂੰ ਸਮਝਣ ਲਈ ਗੁਰਬਾਣੀ ਦੀ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ। ਤਾਂਤਨ ਗੁਰੂ ਅਮਰਦਾਸ ਸੱਚੇ ਬਾਦਸ਼ਾਹ ਫਰਮਾਉਂਦੇ ਨੇ। ਇਹ ਕਾਰਜ ਕੌਣ ਕਰਦਾ? ਜਿਹਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਏ। ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਫਰਮਾਉਂਦੇ ਨੇ। ਜਿਸ ਨੂੰ ਬਖਸ਼ੇ ਹਰ ਦੇ ਵਡਿਆਈ ਜਿਸ ਉਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ ਉਹ ਹਰੀ ਫਿਰ ਉਸ ਨੂੰ ਆਪਣੀ ਵਡਿਆਈ ਆਪਣੀ ਸਿਫਤ ਸਲਾਹ ਬਖਸ਼ਦਾ ਤਥਾ ਉਸ ਨੂੰ ਉਹ ਆਦਰ ਉਹ ਰਤਬਾ ਉਹ ਪਦਵੀ ਪ੍ਰਾਪਤ ਹੁੰਦੀ ਜਿਸ ਨੂੰ ਬਖਸ਼ੇ ਹਰ ਦੇ ਵਡਿਆਈ ਗੁਰਪ੍ਰਸਾਦ ਵਸੈ ਮਨ ਆਈ बस फिरोदे ते गुरु दी कृपा हो जाए दे जिदे ते गुरु दी कृपा हो जाए वसे मन आई हुते इथे मन ਦੇ ਨੰਨੇ ਨੂੰ ਸਿਆਰੀ ਉਹਦੇ ਮਨ ਵਿੱਚ ਪਰਮਾਤਮਾ ਆ ਕੇ ਵਸ ਜਾਂਦਾ ਇਹ 라ਹੌ ਦੀ ਪੰਕਤੀ ਧਿਆਨ ਵਿੱਚ ਰੱਖਣੀ ਜਿਸ ਨੂੰ ਬਖਸ਼ੇ ਹਰ ਦੀ ਵੜਿਆਈ ਗੁਰ ਪ੍ਰਸਾਦ ਬਸੈ ਮਨ ਆਈ ਰਾਹਉ ਹੁਣ ਸਾਧ ਸੰਗਤ ਕਈ ਵਾਰੀ ਕਈ ਢੂੰਗੀਆਂ ਗੱਲਾਂ ਨੂੰ ਸਮਝਾਉਣ ਤੇ ਸਮਝਣ ਨਹੀਂ ਸੰਪਰਦਾਈ ਗਿਆਨੀਆਂ ਨੇ ਬੜੀਆਂ ਸੁੰਦਰ ਸਾਖੀਆਂ ਵੀ ਲਿਖੀਆਂ ਸਾਖੀ ਦਾ ਮਤਲਬ ਹੁੰਦਾ ਸਿੱਖਿਆ ਸੁਣ ਸਾਖੀ ਮਨ ਜਪ ਪਿਆਰ ਇਹ ਜਿਹੜੀਆਂ ਭਗਤਾਂ ਦੀਆਂ ਮਹਾਂਪੁਰਖਾਂ ਦੀਆਂ ਸਾਖੀਆਂ ਨੇ ਇਹ ਸਾਨੂੰ ਸਿਖਿਆ ਦਿੰਦੀਆਂ ਨੇ ਇਹਨਾਂ ਨੂੰ ਐਵੇਂ ਐਵੇਂ ਨਹੀਂ ਸਮਝਣਾ ਚਾਹੀਦਾ ਹਾਂ ਮਨ ਘੜਤ ਸਾਖੀਆਂ ਤੇ ਨਹੀਂ ਸੁਣਾਉਣੀਆਂ ਚਾਹੀਦੀ ਮਨ ਘੜਤ ਸਾਖੀਆਂ ਦਾ ਬਹੁਤਾ ਲਾਭ ਹੀ ਨਹੀਂ ਹੁੰਦਾ ਪਰ ਗੁਰਬਾਣੀ ਦੇ ਅੰਦਰ ਇਹਨਾਂ ਭਗਤਾਂ ਦਾ ਜ਼ਿਕਰ ਹੈ ਜਿਵੇਂ ਭਗਤ ਪ੍ਰਹਿਲਾਦ ਜੀ ਹਨ ਭਗਤ ਰੂ ਜੀ ਹਨ ਅਜਾ ਮਲਵਰ ਕੇ ਗਨ ਕਾ ਵਰਕੇ ਕਿਤਨੇ ਗਿਣੀ ਨਹੀਂ ਜਾ ਸਕਦੇ ਇਹਨਾਂ ਦੀਆਂ ਸਾਖੀਆਂ ਸੁਣ ਕੇ ਪੜ੍ਹ ਕੇ ਸਾਨੂੰ ਸਿੱਖਿਆ ਮਿਲਦੀ ਹੈ ਪ੍ਰੇਰਨਾ ਨੂੰ ਤਾਂ ਇਸ ਪਹਿਲੀ ਪੰਗਤੀ ਦੇ ਅੰਦਰ ਇੱਕ ਤਾਤ ਸ਼ਬਦ ਹੈ ਇਹ ਸਾਖੀ ਜਦੋਂ ਪੜ੍ਹੀ ਕਹਿੰਦੇ ਨੇ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਇੱਕ ਜੋਗੀ ਆਇਆ ਜਿਸ ਨੂੰ ਧਾਤ ਮਾਰਨੀ ਆਉਂਦੀ ਸੀ ਮਾਰਨੀ ਕੀ ਹੈ ਧਾਤ ਨੂੰ ਸ਼ੁੱਧ ਕਰਨਾ ਜਿਵੇਂ ਪਾਰਾ ਹੈ ਇਹਦੇ ਬਾਰੇ ਲਿਖਿਆ ਕਿ ਪਾਰੇ ਨੂੰ ਕੋਈ ਉਂਗਲੀ ਥਲੇ ਦਬਾਉਣਾ ਚਾਹੇ ਉਹ ਦਬਾ ਦਾਨਾ ਇਹ ਮਨ ਵੀ ਇਸੇ ਤਰ੍ਹਾਂ ਇਹ ਪਾਰੇ ਦੀ ਤਰ੍ਹਾਂ ਇਹ ਟਿਕਦਾ ਨਹੀਂ ਪਰ ਜਿਨ੍ਹਾਂ ਨੂੰ ਮਨ ਮਾਰਨ ਦੀ tatha ਪਾਰੇ ਨੂੰ ਸ਼ੁੱਧ ਕਰਨ ਦੀ ਜਾਜ ਆ ਗਈ ਉਹ ਜੋਗੀ ਕਹਿਣ ਲੱਗਾ ਸੱਜੇ ਪਾਤਸ਼ਾਹ ਮੈਨੂੰ ਤਾਤ ਮਾਰਨੀ ਆਉਂਦੀ ਹੈ ਮੈਂ ਇਸ ਪਾਰੇ ਨੂੰ ਮਾਰ ਲਿਆ ਸ਼ੁੱਧ ਕਰ ਲਿਆ ਇਹ ਕਿਵੇਂ ਮਰਦਾ ਹੈ ਇਸ ਨੂੰ ਘਰਲ ਵਿੱਚ ਪਾ ਕੇ ਵਿੱਚ ਹਰੇ ਰੰਗ ਦੀ ਬੂਟੀ ਪਾ ਕੇ ਇਹਨੂੰ ਰਗੜਿਆ ਜਾਂਦਾ ਹੈ। ਇਤਨਾ ਰਗੜਿਆ ਜਾਂਦਾ ਹੈ, ਇਤਨਾ ਰਗੜਿਆ ਜਾਂਦਾ ਹੈ ਕਿ ਉਹਦਾ ਰੰਗ ਉਸ ਬੂਟੀ ਵਰਗਾ ਹੋ ਜਾ। ਫਿਰ ਉਸ ਨੂੰ ਸੰਪਟ ਕੀਤਾ ਜਾਂਦਾ। ਬਰਤਨ ਵਿੱਚ ਬੰਦ ਕਰਕੇ ਅੱਗ ਦਾ ਸੇਕ ਦਿੱਤਾ ਜਾਂਦਾ। ਖੈਰ ਅਸੀਂ ਤਾਂ ਨਹੀਂ ਮਾਰਨੀ ਸਿਰਫ ਸਮਝਣਾ ਕਿ ਇਹ ਹਰ ਬੰਦੇ ਦੀ ਸ਼ਿਕਾਇਤ ਹੈ ਕਿ ਜੀ ਮੇਰਾ ਮਨ ਨਹੀਂ ਟਿਕਦਾ ਮਨ ਹੈ ਹੀ ਪਾਰੇ ਦੀ ਤਰ੍ਹਾਂ ਇਹ ਟਿਕ ਵੀ ਨਹੀਂ ਸਕਦਾ ਇਹਨੂੰ ਟਿਕਾਉਣ ਵਾਸਤੇ ਮਿਹਨਤ ਕਰਨੀ ਪੈਂਦੀ ਜਿਵੇਂ ਪਾਰੇ ਨੂੰ ਮਾਰਨ ਵਾਸਤੇ ਬੜਾ ਲੰਮਾ ਚੌੜਾ ਪ੍ਰੋਸੀਜਰ ਹੈ ਪਹਿਲਾਂ ਉਸ ਨੂੰ ਖਰਲ ਵਿੱਚ ਰਗੜਿਆ ਜਾਂਦਾ ਹੈ ਹਰੇ ਰੰਗ ਦੀ ਬੂਟੀ ਪਾ ਕੇ ਰਗੜਿਆ ਜਾਂਦਾ ਹੈ ਇਹਨਾਂ ਰਗੜਿਆ ਜਾਂਦਾ ਹੈ ਇਹਨਾਂ ਰਗੜਿਆ ਜਾਂਦਾ ਹੈ ਕਿ ਉਹ ਆਪਣਾ ਰੰਗ ਹੀ ਛੱਡ ਦਿੰਦਾ ਉਸ ਬੂਟੀ ਦੇ ਰੰਗ ਵਿੱਚ ਹੀ ਰੰਗਿਆ ਜਾਂਦਾ ਫਿਰ ਉਸ ਨੂੰ ਸੰਪੜ ਦਿੱਤਾ ਜਾਂਦਾ ਫਿਰ ਉਹਦੇ ਥੱਲੇ ਅੱਗ ਬਾਲੀ ਜਾਂਦੀ ਸਿਆਣੇ ਕਹਿੰਦੇ ਨੇ ਜੇ ਕੋਈ ਕੱਚਾ ਪਾਰਾ ਖਾ ਲਵੇ ਤੇ ਉਹਦੇ ਹੱਡਾਂ ਵਿੱਚ ਜੋੜ ਦਰਦ ਆ ਪੈਦਾ ਹੁੰਦਾ। ਔਰ ਉਹ ਦਰਦ ਫਿਰ ਕੋਈ ਠੀਕ ਨਹੀਂ ਕਰ ਸਕਦਾ। ਪਰ ਜੇ ਉਸੇ ਪਾਰੇ ਨੂੰ ਸ਼ੁੱਧ ਕਰ ਲਿਆ ਜਾਏ। ਫਿਰ ਕੋਈ ਕੱਖ ਜਿੰਨਾ ਖਾ ਲੇ। ਉਹਦੇ ਵਿੱਚ ਬਹੁਤ ਤਾਕਤ ਆ ਜਾਂਦੀ। ਅਸੀਂ ਇਸ ਪਾਸੇ ਨਹੀਂ ਤੁਰਨਾ ਸੀ ਸਿਰਫ ਪ੍ਰੇਰਨਾ ਲੈਣੀ। ਕਹਿੰਦੇ ਨੇ ਉਸੇ ਸ਼ੁੱਧ ਕੀਤੇ ਹੋਏ ਪਾਰੇ ਨੂੰ ਕਲੀ ਵਿੱਚ ਮਿਲਾ ਦਿਓ ਤੇ ਚਾਂਦੀ ਬਣ ਜਾਂਦੀ। ਜੇ ਤਾਂਬੇ ਵਿੱਚ ਮਿਲਾ ਦਿਓ ਤੇ ਸੋਨਾ ਬਣ ਜਾਂਦਾ। ਇਹ ਜੋਗੀ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਪਾਰਾ ਮਾਰਨਾ ਆਉਂਦਾ ਹੈ। ਤੁਸੀਂ ਆਪਣੇ ਸਿੱਖਾਂ ਨੂੰ ਕਹੋ ਮੈਂ ਇਹਨਾਂ ਨੂੰ ਸਿਖਾ ਦੇਣ। ਤਾਂ ਗੁਰੂ ਅਮਰਦਾਸ ਜੀ ਕਹਿਣ ਲੱਗੇ ਜੋਗੀ ਜੀ ਕਾਹਨੂੰ ਇਸ ਚੱਕਰ ਤੇ ਪੈਣਾ? ਸਾਡਾ ਤੇ ਮਨ ਹੀ ਪਾਰਾ ਹੈ ਇਹਨੂੰ ਮਾਰਨ ਮਨ ਮਰੇ ਤਾਂ ਧਾਤ ਮਰ ਜਾਏ ਜਿਸ ਦਾ ਮਨ ਕਾਬੂ ਆ ਗਿਆ ਉਹਦੀ ਧਾਤ ਭੱਜ ਦੌੜ ਖਤਮ ਹੋ ਗਈ ਜਿਵੇਂ ਪਾਰੇ ਨੂੰ ਮਾਰੇ ਤੋਂ ਬਿਨਾ ਉਹ ਟਿਕਦਾ ਨਹੀਂ ਕਦੇ ਤੁਸੀਂ ਦੇਖੋ ਪਾਰਾ ਕਿਸੇ ਬਰਤਨ ਵਿੱਚ ਪਾਓ ਉਹਨੂੰ ਉਂਗਲ ਥੱਲੇ ਦਬਾਣਾ ਚਾਹੋ ਉਹ ਨਹੀਂ ਦਬੇ ਕਦੇ ਇਧਰ ਨਿਕਲ ਜਾਏਗਾ ਕਦੇ ਇਧਰ ਨਿਕਲ ਜਾਏਗਾ ਇਹ ਸਾਡਾ ਮਨ ਵੀ ਪਾਰੇ ਦੀ ਤਰ੍ਹਾਂ ਏਸ ਨੂੰ ਕਾਬੂ ਰੱਖਣਾ ਬੜਾ ਮੁਸ਼ਕਲ ਹੈ ਕਿਸੇ ਵਿਦਵਾਨ ਪੁਰਸ਼ ਨੇ ਕਿਹਾ ਕਿ ਮੰਨ ਦਾ ਸੁਭਾਅ ਐਸਾ ਚਲ ਦਲ ਪਤਰ ਪਤਾਕ ਪਟ ਦਾਮਨੀ ਕਛੁਪ ਮਾਥ ਭੂਤ ਦੀਪ ਦੀਪਕ ਸ਼ਿਰਖਾ ਯਉ ਮਨ ਮ੍ਰਤੀ ਅਨਾਤ ਮਨ ਇਸ ਤਰ੍ਹਾਂ ਦਾ ਜਿਵੇਂ ਪਿੱਪਲ ਦਾ ਪਤਾ ਹਿਲਦਾ ਰਹਿੰਦਾ ਜਿਵੇਂ ਪਤਾਕ ਪੱਤ ਨਿਸ਼ਾਨ ਸਾਹਿਬ ਦਾ ਕਪੜਾ ਹਿਲਦਾ ਰਹਿੰਦਾ ਜਿਵੇਂ ਅਸਮਾਨ ਵਿੱਚ ਬਿਜਲੀ ਥਿਰਕਦੀ ਰਹਿੰਦੀ ਜਿਵੇਂ ਕੱਛੂ ਕੁੰਮੇ ਦੀ ਛੀ ਇੱਕ ਜਗ੍ਹਾ ਨਹੀਂ ਟਿਕਦੀ ਜਿਵੇਂ ਪੂਤਾਂ ਦੀ ਆਗ ਇੱਕ ਜਗ੍ਹਾ ਨਹੀਂ ਟਿਕਦੀ ਜਿਵੇਂ ਦੀਵੇ ਦੀ ਲਾਟ ਇੱਕ ਜਗ੍ਹਾ ਨਹੀਂ ਟਿਕਦੀ ਮਨ ਵੀ ਐਸਾ ਤਨ ਗੁਰੂ ਅਮਰਦਾਸ ਜੀ ਕਹਿਣ ਲਗੇ ਜੋਗੀ ਜੀ ਮਨ ਮਰੇ ਤਾਤ ਮਰ ਜਾਏ ਜਿਸ ਦਿਨ ਮਨ ਰੂਪੀ ਪਾਰਾ ਕਾਬੂ ਆ ਜਾਏ ਇਹਦੀ ਜਿਹੜੀ ਭੱਜ ਨਾ ਸਹਿ ਖਤਮ ਹੋ ਜਾਏ ਇਹ ਹੈ ਅਸਲ ਤਾਤੂ ਨੂੰ ਮਾਰਨ ਦਾ ਤਰੀਕਾ ਬਿਨ ਮਨ ਮੂਏ ਕੈਸੇ ਹਰ ਪਾਈ ਬਿਨਾ ਮਨ ਨੂੰ ਮਾਰੇ ਤੂੰ ਹੁਣ ਇੱਥੇ ਮਾਰਨ ਦਾ ਮਤਲਬ ਕੋਈ ਮਨ ਮਾਰਨ ਵਾਲੀ ਚੀਜ਼ ਨਹੀਂ ਹੈ ਮਨ ਮਰਦਾ ਹੀ ਨਹੀਂ ਇੱਥੇ ਤਾਂ ਮਨ ਨੂੰ ਸਵਾਰਨਾ ਹੈ ਹਾਂ ਮਨ ਦੀਆਂ ਵਾਸ਼ਨਾਵਾਂ ਮਨ ਦੇ ਸੰਕਲਪ ਵਿਕਲਪ ਕਾਬੂ ਕਰਨੇ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਇਥੇ ਤੱਕ ਫਰਮਾਇਆ ਨਾ ਮਨ ਮਰੇ ਨਾ ਮਾਇਆ ਮਰੇ ਜਿਨ ਕਿਛ ਕੀਆ ਸੋਈ ਜਾਣੈ ਸ਼ਬਦ ਵਿਚਾਰ ਭਉ ਸਾਗਰ ਤਰੈ ਜਿਸ ਤਰ੍ਹਾਂ ਪਾਰੇ ਨੂੰ ਜੁਗਤੀ ਨਾਲ ਮਾਰਿਆ ਜਾਂਦਾ ਏਸੇ ਤਰ੍ਹਾਂ ਗੁਰੂ ਸ਼ਬਦ ਦੁਆਰਾ ਇਸ ਮਨ ਨੂੰ ਕਾਬੂ ਕੀਤਾ ਜਾਂਦਾ ਹੈ ਮਨ ਮਰੇ ਤਾਤ ਮਰ ਜਾਏ ਬੇਨ ਮਨ ਮੂਏ ਕੈਸੇ ਹਰ ਪਾਏ ਹੁਣ ਬੜੇ ਧਿਆਨ ਨਾਲ ਜੀ ਵਿਚਾਰਿਆ ਜਾਏ ਵੀ ਇੱਕ ਮਨ ਦੇ ਨੰਨੇ ਨੂੰ ਔਂਕੜ ਹੈ ਇੱਕ ਮਨ ਦਾ ਨੰਨਾ ਮੁਕਤਾ ਹੈ ਇੱਕ ਮਨ ਦੇ ਨੰਨੇ ਨੂੰ ਸਿਆਰੀ ਸਾਰਾ ਕੁਝ ਕੋਈ ਸ਼ਬਦ ਵਿੱਚ ਆ ਜਾਏ ਪਰ ਅਸੀਸ ਪਾਸੇ ਤੁਰਦੇ ਨਹੀਂ ਹੁਣ ਜਿਹੜਾ ਮਨ ਨੰਨੇ ਨੂੰ ਔਂਕੜ ਵਾਲਾ ਉੱਤੇ ਹੈ ਨਾਉਨ ਪੁਲਿੰਗ ਇਕਵਚਨ ਪਰ ਅਗਲੀ ਪੰਕਤੀ ਵਿੱਚ ਮਨ ਨਾ ਨਾਮੁਖਤਾ ਭਾਵੇਂ ਮਨ ਇੱਥੇ ਸੰਬੋਧਨ ਨਹੀਂ ਉਹ ਜਿਹੜਾ ਮਨ ਦੇ ਨੰਨੇ ਨੂੰ ਔਂਕੜ ਲੱਗਣਾ ਸੀ ਉਹ ਬਿਨ ਦੇ ਨੰਨੇ ਨੂੰ ਲੱਗਿਆ ਬਿਨ ਮਨ ਮੁਏ ਇਸ ਲਈ ਮਨ ਦਾ ਨਾ ਨਾਮੁਖਤਾ ਹੋ ਗਿਆ ਗੁਰੂ ਅਮਰਦਾਸ ਜੀ ਕਹਿਣ ਲੱਗੇ ਜੋਗੀ ਜੀ ਮਨ ਮਰੇ ਤਾਂ ਆਤਮਰ ਜਾਏ ਮਨ ਕਾਬੂ ਆ ਜਾਏ ਮਨ ਰੂਪੀ ਪਾਰੇ ਨੂੰ ਸੋਧ ਲਿਆ ਜਾਏ ਤੇ ਇਹਦੀ ਜਿਹੜੀ ਭਜਨਾ ਸਖਤ ਹੋ ਜੇ ਬੇਨ ਮਨ ਮੂਏ ਕੈਸੇ ਹਰ ਪਾਏ ਤੇ ਜਦੋਂ ਤੀਕਰ ਮਨ ਦੀ ਪਟਕਣਾ ਮੁਕਦੀ ਨਹੀਂ ਕੈਸੇ ਹਰ ਪਾਏ ਇਹ ਹਰੀ ਨੂੰ ਕਿਵੇਂ ਪ੍ਰਾਪਤ ਕਰੇ ਇਹ ਮਨ ਮਰੇ दारू ਜਾਣੇ ਕੋਈ ਇਹ ਮਨ ਮਰ ਸਕਦਾ ਭਾਵ ਇਸ ਮਨ ਨੂੰ ਕਾਬੂ ਕੀਤਾ ਜਾ ਸਕਦਾ ਇਸ ਮਨ ਨੂੰ ਸਵਾਰਿਆ ਜਾ ਸਕਦਾ दारू ਜਾਣੇ ਕੋਈ ਪਰ ਇਹਦੀ ਦਵਾਈ ਕਿਸੇ ਵਿਰਲੇ ਨੂੰ ਪਤਾ ਨਾਲ ਹੀ ਅਗਲੀ ਪੰਕਤੀ ਚ ਕਿਰਪਾ ਕਰ ਦੇ ਉਹ दारू ਕਿਹੜਾ ਹੈ ਮਨ ਸ਼ਬਦ ਮਰੇ ਬੁੱਝੈ ਜਨ ਸੋਇ ਇਹ ਹੀ ਮਨ ਸ਼ਬਦ ਮਰੇ ਸ਼ਬਦ ਦੁਆਰਾ ਸ਼ਬਦ ਦੀ ਵਿਚਾਰ ਕਰਕੇ ਇਸ ਮਨ ਨੂੰ ਕਾਬੂ ਕੀਤਾ ਜਾ ਸਕਦਾ ਤੇ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰੇ ਬੁੱਝੈ ਜਨ ਸੋਇ ਉਹ ਜਨ ਉਹ ਸੇਵਕ ਉਹ ਗੁਰੂ ਦਾ ਸਿੱਖ ਬੁੱਝ ਲੇਗਾ ਜਾਣ ਲੈ ਦੇਖੋ ਕਿੰਨਾ ਘੂੜ ਗਿਆਨ ਹੈ ਅਸੀਂ ਪੜ੍ਹੀ ਜਾਂਦੇ ਆ ਪੜਾਈ ਜਾਂਦੇ ਆ ਭੋਗ ਪਵਾਈ ਜਾਂਦੇ ਆ ਪਰ ਵਿਚਾਰ ਨਹੀਂ ਕਰ ਤੁਹਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਫਰਮਾਇਆ ਮਨ ਕੋਈ ਐਸੀ ਚੀਜ਼ ਨਹੀਂ ਜਿੰਨੂੰ ਤੁਸੀਂ ਕਿਸੇ ਸ਼ਸਤਰ ਨਾਲ ਮਾਰੋ ਇਸੇ ਗੋੜੀ ਬੰਦੂਕ ਨਾਲ ਮਾਰੂ ਨਹੀਂ ਨਹੀਂ ਮਨ ਮਰੇ ਤਾਂ ਆਤਮਰ ਜਾਏ ਬੇਨਮਾਨ ਮੁਵੇ ਕੈਸੇ ਹਰ ਪਾਏ ਇਹ ਮਨ ਮਰੇ दारू ਜਾਣੇ ਕੋਏ ਮਨ ਸ਼ਬਦ ਮਰੇ ਬੁੱਝੇ ਜਨ ਸੋਏ ਦੇਖੋ ਇੱਕ ਪਦੇ ਨੂੰ ਚੰਗੀ ਤਰ੍ਹਾਂ ਵਿਚਾਰਨ ਦੇ ਨਾਲ ਸਾਡੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਮਨ ਪਾਰੇ ਦੀ ਤਰ੍ਹਾਂ ਹੈ ਜਿਵੇਂ ਪਾਰੇ ਨੂੰ ਮਾਰਨ ਲਈ ਜਿਹੜੇ ਰਸਾਇਣੀ ਲੋਕ ਨਹੀਂ ਉਹਨਾਂ ਨੂੰ ਇਹ ਤਰੀਕਾ ਆਉਂਦਾ ਹੈ। ਉਸ ਤਰੀਕੇ ਨਾਲ ਪਾਰੇ ਨੂੰ ਸ਼ੁੱਧ ਕਰ ਲੈਂਦੇ ਨੇ। ਉਹੀ ਪਾਰਾ ਖਤਰਨਾਕ ਸੀ ਉਹੀ ਪਾਰਾ ਹੁਣ ਸ਼ੁੱਧ ਹੋ ਕੇ ਮਾਰਿਆ ਜਾ ਕੇ ਹੁਣ ਉਹ ਬੜੀ ਕੀਮਤੀ ਦਵਾਈ ਬਣ ਗਈ ਜੇ ਕੜੀ ਨਾਲ ਰਾਜੋ ਤੇ ਚਾਂਦੀ ਬਣ ਜਾਏ ਜੇ ਤਾਂਬੇ ਨਾਲ ਰਾਦੇ ਉਤੇ ਸੋਨਾ ਬਣ ਜਾਏ ਉਹ ਮਨ ਤੇ ਹੋਈ ਹੈ ਚੰਗੀ ਸੰਗਤ ਮਿਲ ਜਾਏ ਗੁਰੂ ਦੀ ਸਿੱਖਿਆ ਅਨੁਸਾਰ ਚੱਲੇ ਤੇ ਇਹੀ ਮਨ ਰੱਬ ਦਾ ਰੂਪ ਬਣ ਜਾਏ ਮਨ ਮਰੇ ਤਾਂ ਹਕ ਮਰ ਜਾਏ ਬਿਨ ਮਨ ਮੁਵੇ ਕੈਸੇ ਹਰ ਪਾਏ ਇਹ ਮਨ ਮਰੇ دارو ਜਾਣ ਕੋਈ ਮਨੁ ਸ਼ਬਦ ਮਰੇ 부ਜੈ ਜਨ ਸੁਏ ਫਿਰ ਬਾਛਕ ਜਿਸ ਨੂੰ ਬਖਸ਼ੇ ਹਰ ਦੇਵ ਵਿढਾਈ ਗੁਰ ਪ੍ਰਸਾਦ ਵਸੇ ਮਨ ਆਈ ਕਿਤੇ ਉੱਤੇ ਬਾਗੁਰੂ ਦੀ ਕਿਰਪਾ ਹੋ ਜਾਏ ਜਿਸ ਨੂੰ ਹਰੀ ਆਪਣੀ ਸਿਫਤ ਸਲਾ ਆਪਣੀ ਭਗਤੀ ਆਪਣੇ ਦਰੋਂ ਬਖਸ਼ ਦੇਵੇ ਉਹ ਗੁਰੂ ਦੀ ਸੇਵਾ ਵਿੱਚ ਆ ਜਾਂਦਾ ਤੇ ਜਿਹੜਾ ਗੁਰੂ ਦੀ ਸੇਵਾ ਵਿੱਚ ਲੱਗ ਜਾਏ ਉਹਦੇ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਉਹਦੇ ਮਨ ਵਿੱਚ ਆ ਕੇ ਪਰਮਾਤਮਾ ਵਸ ਜਾਂਦਾ ਰਹਾਉ ਗੁਰਮੁਖ ਕਰਨੀ ਕਾਰ ਕਮਾਵੇ ਹੁਣ ਦੇਖੋ ਗੱਲ ਨੂੰ ਚੰਗੀ ਤਰ੍ਹਾਂ ਸਮਝ ਬਹੁਤੇ ਬੰਦੇ ਤਾਂ ਹੁਜਿਤ ਕਰ ਸਾਡੇ ਤੇ ਜੀ ਗੁਰੂ ਦੀ ਕਿਰਪਾ ਨਹੀਂ ਹੋਈ ਅਰੇ ਗੁਰੂ ਜੀ ਕਿਰਪਾ ਕਦੋਂ ਤੇ ਕਿਵੇਂ ਹੋਵੇਗੀ ਪਛੋ ਗੁਰੂ ਅਮਰਦਾਸ ਜੀ ਕਹਿੰਦੇ ਗੁਰੂ ਦੀ ਕਿਰਪਾ ਪ੍ਰਾਪਤ ਕਰਨ ਲਈ ਗੁਰਮੁਖ ਕਰਨੀ ਕਾਰ ਕਮਾਵੇ ਗੁਰੂ ਦੇ ਮੁਖਾਰ ਬਿੰਦੋਂ ਦਸੀ ਹੋਈ ਜਿਹੜੀ ਕਾਰ ਹੈ ਜੋ ਕਰਨੀ ਹੈ ਹਮ ਕਮਾਏ ਜਿਨ੍ਹਾਂ ਕਮਾਂ ਤੋਂ ਗੁਰੂ ਰੋਕਦਾ ਰੁਕ ਜਾਏ ਜਿਹੜੇ ਕੰਮ ਗੁਰੂ ਕਰਨੀ ਕਹਿੰਦਾ ਕਰੇ ਇਹ ਹੈ ਕਾਰ ਗੁਰਮੁਖ ਕਰਨੀ ਕਾਰ ਕਮਾਵੇ ਜੇ ਹੋਰ ਚੰਗੀ ਤਰ੍ਹਾਂ ਸਮਝਣਾ ਹੋਵੇ ਤੇ ਅਨੰਦ ਸਾਹਿਬ ਦੀ ਬਾਣੀ ਵਿੱਚ ਗੁਰੂ ਅਮਰਦਾਸ ਜੀ ਨੇ ਸਮਝਾਇਆ ਜੇ ਕੋ ਸਿੱਖ ਗੁਰੂ ਸੇਤੀ ਸੰਮਕ ਹੋਵੇ ਹੋਵੇ ਤਾਂ ਸੰਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨਹਿਰ ਦੇ ਤਿਆਹੇ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨ ਅਵਰ ਨ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸੰਮੁਖ ਹੋਈ ਗੁਰਮੁਖ ਕਰਨੀ ਕਾਰ ਕਮਾਵੇ ਗੁਰੂ ਦੇ ਸ਼ਰਨ ਵਿੱਚ ਰਹਿ ਕੇ ਗੁਰੂ ਦੇ ਦੱਸੇ ਹੋਏ ਤਰੀਕੇ ਨਾਲ ਆਪਣੇ ਜੀਵਨ ਨੂੰ ਢਾਲਣਾ ਕਰੇ ਜੋ ਜੋ ਕੰਮ ਗੁਰੂ ਕਰਨ ਲਈ ਕਹਿੰਦਾ ਕਰੇ ਤਾਂ ਇਸ ਮਨ ਕੀ ਸੋਜੀ ਪਾਵੇ ਬਸ ਜਿਹੜਾ ਗੁਰੂ ਦੀ ਦਸੀਹ ਕਾਰ ਕਰਨ ਲੱਗ ਪੈ ਉਹਦਾ ਤੇ ਮਨ ਮਿੱਤਰ ਬਣ ਜਾਏ ਉਦੇ ਕਹੇ ਤੋਂ ਬਿਨਾ ਮਨ ਕਿਤੇ ਜਾਏਗਾ ਹੀ ਨਹੀਂ ਪੁੱਛੋ ਭਗਤ ਕਬੀਰ ਜੀ ਮਮਾ ਮਨ ਸਿਓ ਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਹੀ ਮਨ ਸਿਓ ਕਹ ਕਬੀਰਾ ਮਨ ਸਾ ਮਿਲਿਆ ਨ ਕੋਈ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤਤ ਕਾ ਜੀਓ ਏ ਮਨ ਲੈ ਜੋ ਉਨ ਮੰ ਰਹਿ ਤੋ ਤੀਨ ਲੋਕ ਕੀ ਬਾਤਾਂ ਕਹਿ ਗੁਰਮੁਖ ਕਰਨੀ ਕਾਰ ਖਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਹੁਣ ਦੇਖੋ ਇਤੇ ਮਨ ਦਾ ਨੰਨਾ ਮੁਕਤਾ ਪਰ ਨਾਲ ਕੀ ਆ ਗਿਆ ਔਰ ਜਿਹੜਾ ਮਨ ਦੇ ਨੰਨੇ ਨੂੰ ਅੰਕਲ ਲੱਗਣਾ ਸੀ ਇਸ ਤੇ ਸੱਸੇ ਨੂੰ ਲੱਗ ਗਿਆ ਆ ਇਸ ਮਨ ਕੀ ਸੋਝੀ ਪਾਵੇਂ ਮਨ ਮੈਂ ਮਤ ਮੈਗਲ ਮਿਕਦਾਰਾਂ ਆਖਾਏ ਮਨ ਮੈਂ ਇਹਨੂੰ ਮੈਂ ਨਹੀਂ ਕਹਿਣਾ ਮੈਂ ਮੈਂ ਕਹਿੰਦੇ ਨੇ ਸ਼ਰਾਬ ਨੂੰ ਇਹ ਮਨ ਹਉਮੈ ਦੀ ਸ਼ਰਾਬ ਪੀ ਕੇ ਜਿਵੇਂ ਹਾਥੀ ਨੂੰ ਸ਼ਰਾਬ ਬੁਲਾ ਦਿਓ ਹਾਥੀ ਅੱਗੇ ਹੀ ਉਹਦੇ 'ਚ ਬੜੀ ਤਾਕਤ ਪਰ ਸ਼ਰਾਬ ਪੀ ਲਵੇ ਫਿਰ ਤਾਂ ਅੰਨਾ ਹੋ ਜਾਏ ਫਿਰ ਤੇ ਉਹਦਾ ਕੋਈ ਮੁਕਾਬਲਾ ਕਰ ਹੀ ਨਹੀਂ ਸਕਦਾ ਗੁਰੂ ਅਮਰਦਾਸ ਜੀ ਕਹਿੰਦੇ ਨੇ ਮਨ ਮੈ ਮਦ ਇਹ ਮਨ ਹਉਮੈ ਦੀ ਸ਼ਰਾਬ ਪੀ ਕੇ ਮਸਤ ਹੋਇਆ ਪੇ ਕਿਵੇਂ ਮੈਗਲ ਮਿਕਦਾਰਾ ਮੈਗਲ ਕਨੇ ਹਾਥੀ ਨੂੰ ਹਾਥੀ ਦੀ ਤਰ੍ਹਾਂ ਮਸਤ ਹੋਇਆ ਪੇ ਹੁਣ ਜਿਵੇਂ ਹਾਥੀ ਦੇ ਸਿਰ ਤੇ ਨਾ ਹੋਵੇ ਕੁੰਡਾ ਤੇ ਹਾਥੀ ਫਿਰੇ ਲੁੰਡਾ ਇਹੀ ਹਾਲ ਤੋ ਸਾਡੇ ਮਨ ਦੀ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਾਲਣਾ ਹਾਰਾ ਗੁਰੂ ਮਹਾਵਤ ਆਪਣੇ ਸ਼ਬਦ ਉਪਦੇਸ਼ ਰੂਪੀ ਅੰਕਸ ਨੂੰ ਮਾਰ ਕੇ ਇਹਨੂੰ ਫਿਰ ਨਵਾਂ ਜੀਵਨ ਦੇ ਇਸੇ ਲਈ ਕਿ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਾਂ ਖਿੰਚੈ ਤਾਂ ਜਾਏ ਨਾਨਕ ਹਸਤੀ ਕੁੰਡੇ ਬਾਹਰ ਫਿਰ ਫਿਰ ਉਜੜ ਪਾਈ ਗੱਲ ਮੁਕੰਮਲ ਹੋ ਗਈ ਭਾਈ ਮਨ ਨੂੰ ਸਾਧਣਾ ਕਾਬੂ ਕਰਨਾ ਸਵਾਰਨਾ ਮਾਰਨਾ ਜੋ ਵੀ ਮਰਜੀ ਕੋ ਮਨ ਮਹਿਮਤ ਮੈਗਲ ਮਿਕਦਾਰਾ ਗੁਰ ਅੰਕ ਸਮਾਰ ਜੀਵਨ ਹਾਰਾ ਮਨ ਅਸਾਧ ਸਾਧ ਹੈ ਜਨ ਕੋਈ ਅਸਾਧ ਦਾ ਮਤਲਬ ਜਿਸ ਨੂੰ ਨਾ ਸਾਧਿਆ ਕਰੇ ਸਾਰੀ ਕੁਰਬਾਨੀ ਵਿੱਚ ਮਨ ਨੂੰ ਸਾਧਣ ਦੇ ਤਰੀਕੇ ਦੱਸਿਓ ਅਸੀਂ ਉਹ ਤਰੀਕੇ ਤੇ ਵਰਤਦੇ ਨਹੀਂ ਦਿਖਾਵਾ ਕਰਮ ਜੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮਨ ਰੇ ਗਏ ਹੋ ਨ ਗੁਰੂ ਉਪਦੇਸ਼ ਕਾਹਾਂ ਭੈਉ ਜੋ ਮੂਡ ਮੁੰਡਾਇਓ ਭਗਵੋ ਕੀਨੋ ਭੇਸ ਕੀ ਹੋਇਆ ਗੁਰੂ ਦਾ ਉਪਦੇਸ਼ ਤੇ ਮੰਨਿਆ ਨਹੀਂ ਭਗਵੇ ਕੱਪੜੇ ਪਾ ਲਏ ਸਿਰ ਮੁੰਡਾਰਿਆ ਖੱਪਰ ਫੜ ਲਿਆ ਕਿਮਟਾ ਫੜ ਲਿਆ ਘਰ ਘਰ ਮੰਗਣ ਤੁਰ ਗਿਆ ਇਹਦੇ ਨਾਲ ਕੀ ਹੋ ਪੈ ਗਿਦੋਂ ਟੀਕਰ ਗੁਰੂ ਦੇ ਕਹੇ ਅਨੁਸਾਰ ਨਹੀਂ ਗੁਰਮੁਖ ਕਰਨੀ ਕਾਰ ਕਮਾਵੇ ਤਾ ਇਸ ਮਨ ਕੀ ਸੋਝੀ ਪਾਵੇ ਮਨ ਮੈਂ ਮਤ ਮੈਂ ਗਲਮਿਕਦਾਰਾ ਗੁਰ ਅੰਕ ਸਮਾਰ ਜੀਵਾਲਣਾ ਹਾਰਾ ਮਨ ਅਸਾਧ ਸਾਧੈ ਗਨ ਕੋਈ ਆਖਿਆ ਇਹ ਮਨ ਅਸਾਧ ਬਿਨਾ ਸਾਧ ਦੇ ਤੂੰ ਇਹ ਕਾਬੂ ਨਹੀਂ ਆਸਾ ਪਰ ਕੋਈ ਵਿਰਲਾ ਹੈ ਜਿਹੜਾ ਇਸ ਨੂੰ ਸਾਧ ਆਚਰ ਚੱਲ ਰਿਹਾ ਹੈ ਤਾ ਨਿਰਮਲ ਹੋਈ ਇਹ ਜਿਹੜਾ ਅਚਰ ਚਰੈ ਅਖਰ ਹੈ ਇਹ ਗੁਰਬਾਣੀ ਚ ਕਈ ਥਾਈ ਆਇਆ ਕਈਆਂ ਵਿਦਵਾਨਾਂ ਨੇ ਇਹਦੇ ਅਰਥ ਕੀਤੇ ਨੇ ਨਾ ਚਰੇ ਜਾਣ ਵਾਲੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਚਰ ਲਵੇ ਤੇ ਕਈਆਂ ਨੇ ਕੀਤੇ ਨੇ ਮਨ ਜਿਹੜਾ ਚੰਗੇ ਪਾਸੇ ਨਹੀਂ ਤੁਰਦਾ ਅਚਰ ਨਾ ਚੱਲਣ ਵਾਲਾ ਜੇ ਚੱਲ ਪਵੇ ਜੇ ਗੁਰੂ ਦੇ ਕਹੇ ਅਨੁਸਾਰ ਚੱਲ ਪਾ ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭ੍ਰਮ ਕਾਟਿਆ ਜਾਈ ਮੇਰੇ ਗੋਵਿੰਦ ਆਪਣੇ ਜਨ ਕੋ ਦੇ ਵਡਿਆਈ ਅਚਰ ਚਰੇ ਤਾਂ ਨਿਰਮਲ ਹੋਈ ਜੇ ਮਨ ਤੁਰ ਪਵੇ ਗੁਰੂ ਦੇ ਕਹੇ ਅਨੁਸਾਰ ਚੱਲ ਬੰਦੇ। তথা ਇਹਨਾਂ ਕਾਮ ਕ੍ਰੋਧ ਲੋਭ ਮੋ ਅਹੰਕਾਰ ਨੂੰ ਝਰ ਲਵੇ ਖਤਮ ਕਰ ਲੈ। ਗੁਰਮੁਖ ਏ ਮਨ ਲਿਆ ਸਵਾਰ। ਤਾਂ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ। ਉਹ ਫਿਰ ਇਸ ਮਨ ਨੂੰ ਸਵਾਰ ਲੈਂਦਾ। ਇਹਦੇ ਵਿੱਚ ਜਿਹੜੇ ਵਿਗੜਤਿਕੜ ਨੂੰ ਆਏ ਹੋਏ ਨੂੰ ਕੱਢ ਦਿੰਦਾ। ਹਉਮੈ ਵਿੱਚੋਂ ਤਜੈ ਵਿਕਾਰ ਉਹ ਫਿਰ ਆਪਣੇ ਅੰਦਰੋਂ ਹਮੇ ਰੂਪੀ ਵਿਕਾਰ ਨੂੰ তথা ਵਿਕਾਰਾਂ ਨੂੰ ਕੱਢਦੇ ਚੌਥੇ ਪਦ ਵਿੱਚ ਕਹਿੰਦੇ ਜੋ ਧੁਰ ਰੱਖਿਐਨ ਮੇਲ ਮਿਲਾਏ ਜਿਨ੍ਹਾਂ ਤੇ ਬਾਗਰੂ ਦੀ ਕਿਰਪਾ ਹੋ ਜਾਂਦੀ ਧਰੋ ਚੰਗੇ ਕੀਤੇ ਹੋਏ ਸੰਸਕਾਰਾਂ ਨੂੰ ਜੋ ਧੁਰ ਰੱਖਿਐਨ ਮੇਲ ਮਿਲਾਏ ਜਿਨ੍ਹਾਂ ਨੂੰ ਬਾਗਰੂ ਨੇ ਧਰੋ ਕਿਰਪਾ ਕੀਤੀ ਆਪਣੇ ਨਾਲ ਮਿਲਾ ਰਿਆ ਕਦੇ ਨ ਵਿਛੁੜੈ ਸ਼ਬਦ ਸਮਾਏ ਉਹ ਪਰ ਕਦੇ ਪਰਮਾਤਮਾ ਤੋਂ ਵਿਛੜਦੇ ਨਹੀਂ ਸ਼ਬਦ ਦੁਆਰਾ ਉਹ ਸਮਾਇ ਰਹਿੰਦੇ ਹਰ ਵੇਲੇ ਬਾਣੀ ਦੀ ਵਿਚਾਰ ਕਰਦੇ ਨੇ ਹਰ ਵੇਲੇ ਬਾਣੀ ਦੀ ਸਿੱਖਿਆ ਅਨੁਸਾਰ ਚੱਲਦੇ ਨੇ ਤੇ ਕੀ ਕਹਿੰਦੇ ਨੇ ਆਪਣੀ ਕਲਾ ਆਪੇ ਪ੍ਰਭ ਜਾਣੇ ਉਹ ਪਰਮਾਤਮਾ ਆਪਣੀ ਕਲਾ ਸ਼ਕਤੀ ਨੂੰ ਆਪ ਹੀ ਜਾਣਦਾ ਨਾਨਕ ਗੁਰਮੁਖ ਨਾਮ ਪਛਾਣੇ ਸਤਗੁਰੂ ਜੀ ਫਰਮਾਉਂਦੇ ਨੇ ਗੁਰਮੁਖ ਨਾਮ ਪਛਾਣੇ ਜਿਹੜਾ ਗੁਰੂ ਦੇ ਦੱਸੇ ਰਾਹ ਤੇ ਚੱਲਦਾ ਉਹਨੂੰ ਪਰਮਾਤਮਾ ਦੇ ਨਾਮ ਦੀ ਪਛਾਣ ਹੋ ਜਾਂਦੀ ਜਿਸ ਨੂੰ ਬਖਸ਼ੇ ਹਰ ਧੀਵ ਡਿਆਈ ਗੁਰ ਪ੍ਰਸਾਦ ਵਸੇ ਮਨ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ